प्यारे विद्यार्थियों मैं मनीष कंबोज ਤੁਹਾਡਾ ਤੁਹਾਡੇ ਆਪਣੇ ਚੈਨਲ 247 এডਿਕੇਸ਼ਨ ਹੱਬ ਦੇ ਵਿੱਚ ਸਵਾਗਤ ਕਰਦਾ ਹਾਂ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ 15 ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕੁਐਸਚਨ ਦੀ ਕੁਇਜ਼ ਲੈ ਕੇ ਆਇਆ ਹਾਂ ਅਗਰ ਇਹਨਾਂ ਦੇ ਵਿੱਚੋਂ 12 ਕੁਐਸਚਨ ਤੁਹਾਡੇ ਰਾਈਟ ਹੁੰਦੇ ਹਨ ਤਾਂ ਜਿਸ ਵੀ ਨੈਕਸਟ ਇਗਜ਼ਾਮ ਦੇ ਵਿੱਚ ਤੁਸੀਂ ਬੈਠ ਰਹੇ ਹੋ ਉਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਦੇ ਚਾਂਸਸ 100% ਬਣ ਜਾਂਦੇ ਹਨ ਹਾਂਜੀ ਆਪਣਾ ਫਰਸਟ ਕੁਸ਼ਨ ਹੈ ਜੀ ਅੱਜ ਦੀ ਵੀਡੀਓ ਦਾ ਹਾਂਜੀ ਤਾਂ ਕੁਸ਼ਨ ਹੈ ਜੀ ਚੰਡੀਗੜ੍ਹ ਦਾ ਆਰਕੀਟੈਕ ਕਿਸ ਨੂੰ ਮੰਨਿਆ ਜਾਂਦਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਇਹਨਾਂ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਤੁਹਾਨੂੰ ਲੱਗਦਾ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਹਰ ਕੁਸ਼ਨ ਦੇ ਲਈ 5 ਸੈਕਿੰਡ ਦਾ ਟਾਈਮ ਹੋਏਗਾ ਤੁਹਾਡੇ ਕੋਲ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ D ਯਾਨੀ ਕਿ ਲੀ ਕਾਰਬੂਸ਼ੀਅਰ ਇਹ ਪੰਜਾਬ ਦੇ ਕਾਫੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕੁਐਸ਼ਨ ਹੈ ਸੈਕੰਡ ਕੁਐਸ਼ਨ ਤੁਹਾਡੀ ਸਕਰੀਨ ਤੇ ਹੈ ਪੰਜਾਬ ਵਿੱਚ ਫੋਰੈਸਟ ਏਰੀਆ ਕਿੰਨਾ ਹੈ ਹਾਂਜੀ ਤਾਂ ਤੁਸੀਂ ਦੱਸਣਾ ਹੈ ਜੋ ਜੰਗਲ ਏਰੀਆ ਹੈ ਕਿੰਨਾ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਹਨ ਚਾਰ ਦੇ ਵਿੱਚੋਂ ਜਿਹੜੀ অপਸ਼ਨ ਵੀ ਤੁਹਾਨੂੰ ਰਾਈਟ ਲੱਗਦੀ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਨੂੰ ਮੈਂਸ਼ਨ ਕਰਨਾ ਹੈ ਔਰ ਹਰ ਕੁਐਸਚਨ ਲਈ 5 ਸਕਿੰਡ ਹਨ ਤੁਹਾਡੇ ਕੋਲ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਯਾਨੀ ਕਿ 3011 ਕਿਲੋਮੀਟਰ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਇਨ੍ਹਾਂ ਵਿੱਚੋਂ ਪੈਪਸੂ ਦਾ ਸੀਐਮ ਕੌਣ ਸੀ ਚਾਰ ਆਪਸ਼ਨ ਹਨ ਜੀ ਤੁਹਾਡੇ ਸਾਹਮਣੇ অপਸ਼ਨ ਏ ਫੁੱਲਾ ਸਿੰਘ অপਸ਼ਨ ਬੀ ਗਿਆਨ ਸਿੰਘ ਰੋੜੇਵਾਲਾ অপਸ਼ਨ ਸੀ ਯਾਦਵਿੰਦਰ ਸਿੰਘ ਔਰ অপਸ਼ਨ ਡੀ ਜਗਜੀਤ ਸਿੰਘ ਹਰ ਕੁਐਸ਼ਨ ਲਈ 5 ਸੈਕਿੰਡ ਦਾ ਸਮਾਂ ਹੈ ਤੁਹਾਡੇ ਕੋਲ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ B ਗਿਆਨ ਸਿੰਘ ਰੋੜੇਵਾਲਾ ਸਟੂਡੈਂਟ ਤੁਹਾਡਾ ਜਿੰਨਾ ਵੀ ਟੋਟਲ ਸਕੋਰ ਹੁੰਦਾ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਹੈ ਨੈਕਸਟ ਕੁਐਸ਼ਨ ਤੁਹਾਡੇ ਸਾਹਮਣੇ ਹੈ ਜੀ ਕੁਐਸ਼ਨ ਨੰਬਰ 4 ਹੈ ਇਨ੍ਹਾਂ ਵਿੱਚੋਂ ਰਾਵੀ ਨਦੀ ਦਾ ਗ੍ਰੀਕ ਨਾਮ ਕੀ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਇਨਾਂ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਤੁਹਾਨੂੰ ਲੱਗ ਰਿਹਾ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਹਰ ਕੁਸ਼ਨ ਲਈ ਤੁਹਾਡੇ ਕੋਲ 5 ਸੈਕਿੰਡ ਦਾ ਟਾਈਮ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਹੈਜ਼ ਇਟ ਡਰੋਸ ਹਾਂਜੀ ਮੂਵ ਕਰਦੇ ਹਾਂ ਆਪਣੇ ਨੈਕਸਟ ਕੁਸ਼ਨ ਦੀ ਔਰ ਕੁਸ਼ਨ ਨੰਬਰ 5 ਤੁਹਾਡੀ ਸਕਰੀਨ ਤੇ ਹੈ ਮਹਾਰਾਜਾ ਰਣਜੀਤ ਸਿੰਘ ਡੈਮ ਕਿਸ ਨਦੀ ਤੇ ਬਣਿਆ ਹੋਇਆ ਹੈ ਹਾਂਜੀ ऑप्शन ए है गंगा नदी ऑप्शन बी ब्यास नदी ऑप्शन सी सतलुज नदी और ऑप्शन डी है जी रावी नदी हर क्वेश्चन ली पांच सैकेंड का समय है थोड़े को इसका जो राइट आंसर है ऑप्शन नंबर डी यानी कि रावी नदी तो रावी नदी के ऊपर महाराजा रणजीत सिंह डैम बनया हुआ है ਨੈਕਸਟ ਕੁਐਸ਼ਨ ਹੈ ਜੀ ਤੁਹਾਡੇ ਸਾਹਮਣੇ ਕੁਐਸ਼ਨ ਨੰਬਰ 6 ਐਸ ਜੀ ਪੀ ਸੀ ਯਾਨੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਚੇਅਰਮੈਨ ਕਿਸ ਨੂੰ ਬਣਾਇਆ ਗਿਆ ਸੀ ਯਾਨੀ ਕਿ ਜੋ ਫਰਸਟ ਪ੍ਰੈਜ਼ੀਡੈਂਟ ਆਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ ਉਹਨਾਂ ਦਾ ਨਾਮ ਦੱਸਣਾ ਹੈ ਜੀ ਚਾਰ ਆਪਸ਼ਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਰਾਈਟ ਆਂਸਰ ਲੱਗ ਰਿਹਾ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਹਰ ਕੁਐਸ਼ਨ ਦੇ ਲਈ ਤੁਹਾਨੂੰ 5 ਸੈਕਿੰਡ ਦਾ ਸਮਾਂ ਦਿੱਤਾ ਜਾਏਗਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਬਾਬਾ ਖੜਕ ਸਿੰਘ ਹਾਂਜੀ ਮੂਵ ਕਰਦੇ ਹਾਂ ਆਪਣੇ ਨੈਕਸਟ ਕੁਐਸਚਨ ਕੁਐਸਚਨ ਨੰਬਰ 7 ਵਾਈ ਆਈ ਐਮ ਏ ਐਥਿਸਟ ਕਿਤਾਬ ਕਿਸ ਨੇ ਲਿਖੀ ਥੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਬੁੱਕ ਐਗਜ਼ਾਮ ਦੇ ਵਿੱਚ ਕਾਫੀ ਵਾਰੇ ਪੁੱਛੀ ਗਈ ਹੈ ਹਾਂਜੀ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ অপਸ਼ਨ ਏ ਉਦਮ ਸਿੰਘ অপਸ਼ਨ ਬੀ ਭਗਤ ਸਿੰਘ অপਸ਼ਨ ਸੀ ਮਹਾਤਮਾ ਗਾਂਧੀ ਔਰ অপਸ਼ਨ ਡੀ ਹੈ ਜੀ ਚੰਦਰ ਸ਼ੇਖਰ ਅਜਾਦ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਭਗਤ ਸਿੰਘ ਹਾਂਜੀ ਤਾਂ ਬੁੱਕ ਦਾ ਨਾਮ ਹੈ ਜੀ ਮੈਂ ਨਾਸਤਿਕ ਕਿਉਂ ਹਾਂ ਕਿਸ ਦੁਆਰਾ ਲਿਖੀ ਗਈ ਭਗਤ ਸਿੰਘ ਦੁਆਰਾ ਨੈਕਸਟ ਕੁਐਸਚਨ ਹੈ ਜੀ ਤੁਹਾਡੇ ਸਾਹਮਣੇ ਇੰਡੀਅਨ ਨੈਸ਼ਨਲ ਆਰਮੀ ਜਿਸ ਨੂੰ INA ਵੀ ਬੋਲਿਆ ਜਾਂਦਾ ਹੈ ਨੂੰ ਸੁਭਾਸ਼ ਚੰਦਰ ਬੋਸ ਨੇ ਕਦੋਂ ਜੁਆਇਨ ਕੀਤਾ ਤੁਸੀਂ ਉਹ ইয়ার ਦੱਸਣਾ ਹੈ ਹਾਂਜੀ ਚਾਰ অপਸ਼ਨ ਹਨ ਤੁਹਾਡੇ ਸਾਹਮਣੇ ऑप्शन ए 1943 ऑप्शन बी 1942 ऑप्शन सी 1941 और ऑप्शन डी 1940 ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ A 1943 ਇਹ ਈਅਰਲੀ ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਹੈ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਮੂਵ ਕਰਦੇ ਹਾਂ ਆਪਣੇ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 9 ਤੁਹਾਡੇ ਸਾਹਮਣੇ ਹੈ ਜੀ ਇਹਨਾਂ ਵਿੱਚੋਂ ਕਿਹੜੀ वाइल्ड लाइफ सेंचुरी काले हिरण यानी कि ब्लैक बक ਲਈ फेमस है हां जी डब्ल्यूएलएस ਦਾ ਮਤਲਬ ਹੈ ਜੀ ਵਾਈਲਡ ਲਾਈਫ ਸੈਂਚਰੀ काले हिरण ਲਈ ਕਿਹੜੀ ਫੇਮਸ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦੇ ਵਿੱਚੋਂ ਰਾਈਟ ਆਨਸਰ ਜੋ ਹੈ ਤੁਸੀਂ ਦੱਸਣਾ ਹੈ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਅਬੋਰ ਵਾਈਲਡ ਲਾਈਫ ਸੈਂਚਰੀ اور ਕਾਲਾ ਹਿਰਨ ਯਾਨੀ ਕਿ ਬਲੈਕ ਬੱਕ ਲਈ ਫੇਮਸ ਹੈ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੁਐਸਚਨ ਨੰਬਰ 10 ਪੰਜਾਬ ਵਿੱਚ ਸਭ ਤੋਂ ਵੱਧ ਫੋਰੈਸਟ ਏਰੀਆ ਕਿਹੜੇ ਜ਼ਿਲ੍ਹੇ ਵਿੱਚ ਹੈ ਹਾਂਜੀ ਤਾਂ ਸਭ ਤੋਂ ਵੱਧ ਜੋ ਫੋਰੈਸਟ ਏਰੀਆ ਹੈ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ ਆਪਸ਼ਨ A ਖੰਨਾ ਆਪਸ਼ਨ B ਚੰਡੀਗੜ੍ਹ ਆਪਸ਼ਨ C ਪਠਾਨਕੋਟ ਔਰ ਆਪਸ਼ਨ D ਹੈ ਜੀ ਹੁਸ਼ਿਆਰਪੁਰ 5 ਸੈਕਿੰਡ ਦਾ ਟਾਈਮ ਹੋਏਗਾ ਤੁਹਾਡੇ ਕੋਲ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ D ਹੋਸ਼ਿਆਰਪੁਰ ਹਾਂਜੀ ਸਟੂਡੈਂਟ ਤਾਂ ਹੁਣ ਟਾਈਮ ਹੈ ਤੁਹਾਡੇ ਲਈ ਇੱਕ ਬੈਸਟ ਥੋਟ ਦਾ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕਰ ਦਿੱਤਾ ਜਾਏ ਮਿਹਨਤ ਪੌੜੀਆਂ ਵਾਂਗ ਹੁੰਦੀ ਹੈ ਤੇ ਕਿਸਮਤ ਲਿਫਟ ਦੀ ਤਰ੍ਹਾਂ ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾ ਹੀ ਉਚਾਈ ਤੱਕ ਲੈ ਕੇ ਜਾਂਦੀਆਂ ਹਨ ਪਿਆਰੇ ਵਿਦਿਆਰਥੀਓ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖੋ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਹਰ ਕੋਸ਼ਿਸ਼ ਕਰੋ ਜੋ ਤੁਸੀਂ ਕਰ ਸਕਦੇ ਹੋ ਜਜਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਹਾਂਜੀ ਆਈ ਹੋਪ ਇਹ ਜੀ ਤੁਹਾਨੂੰ ਸਮਝ ਆਈ ਹੋਵੇਗੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 11 ਹੈ ਜੀ ਸਿੱਖ ਸਮਰਾਜ ਦਾ ਸਭ ਤੋਂ ਆਖਰੀ ਰਾਜਾ ਕਿਹੜਾ ਸੀ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ ਹਰ ਕੁਐਸਚਨ ਲਈ ਤੁਹਾਨੂੰ 5 ਸੈਕਿੰਡ ਦਾ ਟਾਈਮ ਮਿਲੇਗਾ ਔਰ ਜੋ ਵੀ ਤੁਹਾਡਾ ਟੋਟਲ ਸਕੋਰ ਹੋਏਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਹੈ। ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ A ਦਲੀਪ ਸਿੰਘ ਹਾਂਜੀ ਤਾਂ ਪੰਜਾਬ ਨੂੰ 1849 ਦੇ ਵਿੱਚ ਅੰਗਰੇਜ਼ੀ ਸਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਕੁਸ਼ਚਨ ਹੈ ਜੀ ਤੁਹਾਡੇ ਸਾਹਮਣੇ ਬਾਬਾ ਸੋਡਲ ਸਿੰਘ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਜਾਂ ਕਿੱਥੇ ਲੱਗਦਾ ਹੈ? ਹਾਂਜੀ ਤਾਂ ਉਸ ਡਿਸਟ੍ਰਿਕਟ ਦਾ ਨਾਮ ਅਕਸਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਆਪਸ਼ਨ A ਹੁਸ਼ਿਆਰਪੁਰ ਆਪਸ਼ਨ B ਲੁਧਿਆਣਾ ਆਪਸ਼ਨ C ਜਲੰਧਰ ਔਰ ਆਪਸ਼ਨ D ਹੈ ਜੀ ਪਟਿਆਲਾ ਹਰ ਕੁਸ਼ਣ ਲਈ ਤੁਹਾਡੇ ਕੋਲ 5 ਸੈਕਿੰਡ ਦਾ ਟਾਈਮ ਹੈ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ C ਜਲੰਧਰ ਬਾਬਾ ਸੋਢਲ ਸਿੰਘ ਮੇਲਾ ਜਲੰਧਰ ਦੇ ਵਿੱਚ ਲੱਗਦਾ ਹੈ ਨੈਕਸਟ ਕੁਸ਼ਣ ਤੁਹਾਡੀ ਸਕਰੀਨ ਤੇ ਹੈ ਕੁਸ਼ਣ ਨੰਬਰ 13 ਹੈ ਜੀ ਗੁਰੂ ਨਾਨਕ ਥਰਮਲ ਪਲਾਂਟ ਕਿੱਥੇ ਸਥਿਤ ਹੈ অপਸ਼ਨ A ਬਠਿੰਡਾ অপਸ਼ਨ B ਕਪੂਰਥਲਾ অপਸ਼ਨ C ਹੈ ਜੀ ਜਲੰਧਰ ਔਰ অপਸ਼ਨ D ਹੈ ਜੀ ਹੁਸ਼ਿਆਰਪੁਰ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਡਾ ਰਾਈਟ ਆਨਸਰ ਹੈ ਕੋਸ਼ਨ ਨੰਬਰ ਪਾ ਕੇ ਉਸ ਦੇ ਸਾਹਮਣੇ ਤੁਸੀਂ ਆਪਸ਼ਨ ਲਿਖਣੀ ਹੈ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ A ਯਾਨੀ ਕਿ ਬਠਿੰਡਾ ਗੁਰੂ ਨਾਨਕ ਥਰਮਲ ਪਲਾਂਟ ਕਿਸ ਡਿਸਟ੍ਰਿਕਟ ਦੇ ਵਿੱਚ ਹੈ ਤਾਂ ਆਪਣਾ ਰਾਈਟ ਆਨਸਰ ਹੋਏਗਾ ਜੀ ਬਠਿੰਡਾ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਤੁਹਾਡੇ ਸਾਹਮਣੇ ਵਾਈਟ 골ਡ ਦੇ ਨਾਮ ਨਾਲ ਪੰਜਾਬ ਦਾ ਕਿਹੜਾ ਜ਼ਿਲ੍ਹਾ ਜਾਣਿਆ ਜਾਂਦਾ ਹੈ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ ਆਪਸ਼ਨ A ਫਿਰੋਜ਼ਪੁਰ ਆਪਸ਼ਨ B ਮੋਗਾ ਆਪਸ਼ਨ C ਮੁਕਤਸਰ ਅਰ ਆਪਸ਼ਨ D ਹੈ ਜੀ ਮਾਨਸਾ ਹਰ ਕੁਐਸਚਨ ਦੇ ਲਈ ਤੁਹਾਨੂੰ 5 ਸੈਕਿੰਡ ਦਾ ਟਾਈਮ ਮਿਲੇਗਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡੀ ਮਾਨਸਾ ਵਾਈਟ 골ਡ ਦੇ ਨਾਮ ਦੇ ਨਾਲ ਮਾਨਸਾ ਡਿਸਟ੍ਰਿਕਟ ਜਾਣੀ ਜਾਂਦੀ ਹੈ ਹਾਂਜੀ ਨੈਕਸਟ ਹੈ ਜੀ ਆਪਣੀ ਵੀਡੀਓ ਦਾ ਅੱਜ ਦਾ ਲਾਸਟ ਕੁਐਸਚਨ ਪਿੰਜਰ ਨੋਵਲ ਦੀ ਰਚਨਾ ਕਿਸ ਨੇ ਕੀਤੀ ਚਾਰ ਆਖਣ ਹਨ ਤੁਹਾਡੇ ਸਾਹਮਣੇ ਹਾਂਜੀ ਸਟੂਡੈਂਟ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਹਰ ਸਟੂਡੈਂਟ ਘਟ ਤੋਂ ਘਟ ਆਪਣੇ 10 WhatsApp ਗਰੁੱਪ ਦੇ ਵਿੱਚ ਇਸ ਵੀਡੀਓ ਦਾ ਲਿੰਕ ਸ਼ੇਅਰ ਜ਼ਰੂਰ ਕਰੇ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ B ਯਾਨੀ ਕਿ ਅਮਿਰਤਾ ਪ੍ਰੀਤਮ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਤੱਕ ਸ਼ੇਅਰ ਕਰੋ